ਕੋਈ ਵੀ ਨਹੀਂ ਰਾਹ ਲੱਭਣਾ ਬੱਚੇ ਮੁੱਕ ਚੁੱਕਾ ਮੇਰਾ ਢੜਕ ਮਾਲ ਲਖਪਾ ਤਖਪਾ ਮਸੇਂ ਵਿੱਚ ਧਿਆੜੀ ਦੇ ਪੋਤਾਲ ਵਿਦ ਦਾ ਵਣਤ ਧਿਆੜੀ ਵੀ ਨਹੀਂ ਦਿੰਦੀ ਜੇ ਤਾਂ ਬੱਚਾ ਮੁੱਕ ਗਿਆ ਜਨਕੀ ਤੁਸੀਂ ਡਾਕਟਰ ਨੂੰ ਵਿਖਾਇਆ ਉਹਨਾਂ ਨੂੰ ਜਵਾਬ ਦਿੱਤੇ ਆਂ ਆ ਕਹਿੰਦੇ ਲੈ ਟੈਸਟ ਲੈ ਟੈਸਟ ਦੀ ਮੰਗ ਹੈ ਨਮਸਕਾਰ ਦੋਸਤੋ ਤੁਸੀਂ ਦੇਖ ਰਹੇ ਹੋ ਏਐਮਟੀਵੀ ਮੈਂ ਅਗਰਦੀਪ ਅੱਜ ਅਸੀਂ ਪਹੁੰਚੇ ਹਾਂ ਫਾਜ਼ਲਕਾ ਦੇ ਨੇੜੇ ਪਿੰਡ ਪੌਂਦੇ ਹੌਜ਼ ਖਾਸ ਜਿੱਥੇ ਕਿ ਗਰੀਬ ਪਰਿਵਾਰ ਵੱਲੋਂ ਆਪਣੇ ਮਕਾਨ ਦੀ ਤੌਰ ਤੇ ਜਿਹੜਾ ਪ੍ਰਧਾਨ ਮੰਤਰੀ ਆਵਾਜ਼ ਯੋਜਨਾ ਚ ਮਕਾਨ ਆਣਾ ਸੀ ਉਸ ਦੇ ਬਾਰੇ ਕਰਦੇ ਆ ਜਾਣਕਾਰੀ ਹਾਸਲ ਆਜੀ ਕੀ ਨਾਮ ਹੈ ਜੀ ਤੁਹਾਡਾ ਮੇਰਾ ਨਾਮ ਮਾਨੀ ਕੀ ਮਸਲਾ ਮਕਾਨਾਂ ਦਾ ਇਹ ਮਕਾਨਾਂ ਦਾ ਵੀ ਸਰਪੰਚ ਮਿੰਬਰ ਤਾਂ ਦਵਾਉਂਦੇ ਨਹੀਂ ਜੀ ਤੇ ਬਹੁਤ ਬਰਿਆ ਕਰ ਚੁੱਕੇ ਆ ਪਰ ਨਹੀਂ ਉਹਨਾਂ ਕਿਸੇ ਨੇ ਗੌਰ ਨਹੀਂ ਕੀਤੀ ਜੀ ਤੁਨੇ ਇਹ ਵੀ ਦੱਸ ਦਈਏ ਪਿਛਲੇ ਕੁਝ ਬੀਤੇ ਦਿਨਾਂ ਇੱਕ ਪੋਸਟ ਜਾਰੀ ਕੀਤੀ ਗਈ ਸੀ ਐਕਸੀਡੈਂਟ ਦੁਆਰਾ ਜਿਹੜਾ ਉਸ ਬਾਰੇ ਕੀ ਕਹਿੰਦੇ ਹੋ ਐਕਸੀਡੈਂਟ ਜੋ ਹੋਇਆ ਸੀਗਾ ਤੇ ਅੱਜ ਤੁਹਾਡੇ ਪਰਿਵਾਰ ਦੇ ਵਿੱਚ ਕੌਣ ਕਮਾਣ ਵਾਲਾ ਤੇ ਕੌਣ ਖਾਣ ਵਾਲਾ ਕੰਮ ਕਰਨ ਵਾਲਾ ਕੋਈ ਕੋਈ ਨਹੀਂ ਕਮਾਣ ਕੋਈ ਵੀ ਨਹੀਂ ਰਹ ਗਿਆ ਕਮਾਣਨ ਵਾਲਾ ਬੱਚੇ ਮੁੱਕ ਚੁੱਕਾ ਮੇਰਾ ਜਿਹੜਾ ਕਮਾਣਦਾ ਸੀ ਇੱਕੋ ਹੀ ਉਹ ਕਮਾਣਨ ਵਾਲਾ ਸੀ ਬੰਦੇ ਨੂੰ ਹੁਣ ਨਹੀਂ ਦਿਸਦਾ ਉਹ ਦਿਨਿਕਾ ਚੱਲ ਤੁਹਾਡੇ ਕਰਵਾਲੇ ਨੇ ਹਾਂਜੀ ਮੇਰੇ ਕਿੰਨਾ ਸਮਾਂ ਹੋ ਗਿਆ ਉਹਨੂੰ ਕਿਉਂ ਨਹੀਂ ਦਿਸਦਾ 15 ਸਾਲ ਹੋ ਗਏ 15 16 ਸਾਲ ਦੇ ਕਰੀਬ ਹੋ ਗਿਆ ਜੋ ਕਿ ਨਜ਼ਰਾਂ ਤੋਂ ਨਹੀਂ ਦਿਸਦਾ ਕਮਾਨ ਵਾਲਾ ਕੋਈ ਨਹੀਂ ਐ ਤੇ ਇਹ ਤੁਹਾਡੀ ਮਾਤਾ ਜੀ ਹੈ ਹਾਂ ਜੀ ਮੇਰੀ ਮਾਤਾ ਜੀ ਇਹ ਬੁਹੇ ਤੇ ਰਹੀ ਨੀ ਤੇ ਹੁਣ ਫਿਰ ਗੁਜ਼ਾਰਾ ਕਿਸ ਤਰ੍ਹਾਂ ਹੁੰਦਾ ਹੈ ਬਸ ਇਹ ਵੀ ਤਿਆੜੀ ਦੇ ਕਰ ਲਵਿਦੋ ਹੁਣ ਤਾਂ ਤਿਆੜੀ ਵੀ ਨਹੀਂ ਹੁੰਦੀ ਜਦੋਂ ਤਾਂ ਬੱਚਾ ਮੁੱਕ ਚੁੱਕਾ ਹਿੰਮਤ ਕਿਹਨੇ ਰਹੀ ਪਰਿਵਾਰ ਦੇ ਵਿੱਚ ਕਿੰਨੇ ਜਣੇ ਨੇ ਅਸੀਂ 4 ਜੀ ਨੇ ਹੋਰ ਕੰਮ ਕੀ ਕਰਦੇ ਹੋ ਬਸ ਹੌਣ ਕੋਈ ਨਹੀਂ ਸਾਂ ਛੱਡ ਦੁੱਧ ਮਾੜਾ ਮਰਵਾ ਦ ਵੇਸੇ ਤੇ ਜੀ ਹਾਂ ਦੋ ਦਵੇਚ ਲੈ ਤਾਂ ਗੁਜ਼ਾਰਾ ਕੀਤੀ ਜਾਨ ਦੋਦ ਨਾਲ ਕਿਲੋ ਵੇਚਾ ਦੋ ਵੇਚਾ ਐਡੀ ਮਾਰ ਪੈਣ ਦੇ ਉੱਤੇ ਤੁਹਾਡੇ ਕੰਮ ਕਾਰਵਾਰਾ ਕੋਈ ਨਹੀਂ ਰਹਿ ਗਿਆ ਤੇ ਅੱਜ ਐਡੇ ਹਮਾਰੇ ਹਾਲਾਤ ਦੇ ਵਿੱਚ ਬੈਠੇ ਹੋ ਸਰਕਾਰ ਕੋਲ ਕੀ ਮੰਗ ਕਰਦੇ ਹੋ ਜਿਹੜਾ ਵੀਰ ਸਾਡੀ ਮਦਦ ਕਰ ਸਕਦਾ ਹੁੰਦਾ ਧੰਨਵਾਦ ਕਰਾਂਗੇ ਸਾਡੀ ਤਾਂ ਇਹ ਹੱਥ ਜੋੜ ਕੇ ਮਿਹਨਤੇ ਵੀ ਸਾਨੂੰ ਇੱਕ ਕਮਰਾ ਹੀ ਦਿੱਤਾ ਜਾਵੇ ਕਦੇ ਨਰੇਗਾ ਦਾ ਕੰਮ ਕਰੀਦਾ ਕਦੇ ਤਿਹੜੀ ਦੱਪਾ ਕਰੀਦਾ ਅਸੀਂ ਮਾਵਾਂ ਤੇ ਗੁਜ਼ਾਰਾ ਬੜਾ ਔਖਾ કરી દે ਵਰਤਾਂ ਕਾਮੂ ਇਹਨਾਂ ਦੇ ਪਿਓ ਪੁੱਤਰ ਕੱਟੇ ਨਾਨਾ ਦੋਤਰਾ ਕੱਟੇ ਸੀ ਮਿਨਿਆ ਸੀ ਦੋਵੇਂ ਗਏ ਨਾਨਾ ਪਹਿਲਾਂ ਮੁੱਕ ਗਏ ਦੋਤਰੇ ਹੁਣ ਮੁੱਕ ਗਏ ਜਨਕੇ ਨਾਨਕੇ ਕੋਰੇ ਹੁੰਦੇ ਸੀਗੇ ਨਾਨਕੇ ਕੋਰੇ ਹੁੰਦੇ ਸਾਡੇ ਕੋਰੇ ਹੁੰਦੇ ਸੀ ਜਿਹਨਾਂ ਦੇ ਹੋਏ ਨੇ ਅੱਖਾਂ ਤੋਂ ਨੇ ਉਹਨਾਂ ਦੇ ਸਾਡੇ ਠੀਕ ਹੈ ਨਿੱਕਾ ਜਿਆਦੇ ਅੱਥਾ ਨਹੀਂ ਬਾਲਾ ਦੋਤਰਾ ਜਿਹੜਾ ਮੁੱਕ ਗਿਆ ਹੁਣ ਹੋਏ ਸੀ ਕੰਮ ਕਰਨ ਵਾਲਾ ਸਾਡਾ ਕੋਈ ਨਹੀਂ ਤੁਨੂੰ ਲਾਈਵ ਤਸਵੀਰਾਂ ਦਿਖਾ ਦੇਣਾ ਕੈਮਰਾਮੈਨ ਨੋ ਕਮਾਂਗਾ ਵੀ ਇੱਕ ਵਾਰੀ ਅੰਦਰ ਦੀਆਂ ਤਸਵੀਰਾਂ ਵਿਖਾਈਆਂ ਜਾਣ ਕਿ ਜਿਹੜੇ ਹਾਲਾਤ ਨੇ ਅੱਜ ਕਿਸ ਤਰੀਕੇ ਦੇ ਨਾਲ ਹੈ ਹਾਲਾਤ ਵੀ ਆਪ ਦਾ ਰਹਿਣ ਬਸੇਰਾ ਜਿਹੜਾ ਬੜੀ ਮੁਸ਼ਕਲ ਦੇ ਨਾਲ ਕੱਟ ਰਿਹਾ ਨੇ ਕੀ ਨਾਲੇ ਬਲਜੀਤ ਜੋਕਾਂ ਦੀ ਪ੍ਰੋਬਲਮ ਵੀ ਕਿਸ ਤਰ੍ਹਾਂ ਦੀ ਹੋਈ ਹੈ ਪਤਾ ਹੀ ਨਹੀਂ ਅੱਖਾਂ ਦੀ ਜਿਵੇਂ ਪ੍ਰੋਬਲਮ ਨਿਗਾ ਵਿਖਦਾ ਨਹੀਂ ਗਈ ਪਹਿਲਾਂ ਕਾਰੋਬਾਰ ਕੀ ਕਰਦੇ ਸੀ ਪਹਿਲਾਂ ਦਿਹਾੜੀਆਂ ਦੱਪੇ ਕਰਦੇ ਸੀ ਇਹ ਤੇ ਜਦੋਂ ਕਿ ਜੇ ਤੁਸੀਂ ਡਾਕਟਰ ਨੂੰ ਵਿਖਾਇਆ ਉਹਨਾਂ ਤੁਹਾਨੂੰ ਕੀ ਦੱਸਿਆ ਜਵਾਬ ਦਿੱਤਾ ਹੀ ਉਹਨਾਂ ਨੇ ਕਹਿੰਦੇ ਲਾਈਟ ਐ ਨਹੀਂ ਬੰਦ ਐ ਲੱਖਾ ਡਾਕਟਰ ਨੇ ਜਵਾਬ ਦਿੱਤਾ ਕਿਹੜੇ ਕਿਹ ਡਾਕਟਰ ਨੂੰ ਵਿਖਾ ਕੇ ਆਏ ਸੀ ਕਿ ਚੰਡੀਗੜ੍ਹ ਜਾ ਨੇੜੇ ਤੇੜੇ ਕਿੰਨਾ ਕੁ ਲੱਗਦਾ ਉਹ ਵਿਖਾਏ ਤੇ ਜਿਉਂ ਭੁੱਲ ਜਾਂਦੇ ਭੁੱਲ ਜਾਂਦੇ ਕਿਹੜੇ ਗਰੇਚਾ ਨੇ ਚੰਡੀਗੜ੍ਹ ਡਾਕਟਰ ਕੋਲ ਗਏ ਸੀ ਹਾਂਜੀ ਉਹਨਾਂ ਨੇ ਵੀ ਜਵਾਬ ਦਿੱਤਾ ਉਹ ਕਹਿੰਦੇ ਦੀ ਲਾਈਟ ਨਹੀਂ ਆਸਦੀ ਫਿਰ ਜਿੱਥੋਂ ਵਿਖਾਇਆ ਉੱਥੇ ਵੀ ਬਿਠਿੰਡੇ ਵਾਲਿਆਂ ਨੇ ਵੀ ਜਵਾਬ ਦਿੱਤਾ ਫਿਰ ਅੰਬਰ ਸਰ ਲੈ ਗਏ ਉਹਨੇ ਵੀ ਜਵਾਬ ਦੇ ਤੋ ਕੁੰਦੇ ਲੈਟ ਹੈ ਨਹੀਂ ਘਰੇ ਲੈ ਜਾ ਹਾਂਜੀ ਕਿਉਂਕਿ ਬਹੁਤ ਮਾੜੀ ਮੁਸ਼ਕਲ ਦੇ ਵਿੱਚ ਜੀਣਾ ਜਿਵੇਂ ਕਿ ਬੰਦੇ ਨੂੰ ਸੱਟ ਲੱਗ ਜਣੀ ਚਾਨ ਚੱਕੀ ਲੱਗ ਜਾਣਾ ਪਰਿਵਾਰ ਦਾ ਜੀ ਚਲਾ ਜਾਣਾ ਤੇ ਬੜੀ ਮੁਸ਼ਕਲ ਦੇ ਨਾਲ ਤੇ ਜੋ ਵੀ ਮੇਰੇ ਵੀਰ ਇਹ ਵੀਡੀਓ ਨੂੰ ਵੇਖ ਰਹੇ ਨੇ ਵੱਤ ਵੱਤ ਸ਼ੇਅਰ ਕਰੋ ਕਿਉਂਕਿ ਇਹਨਾਂ ਦੀ ਹੱਲ ਹੋ ਸਕੇ ਮਦਦ ਹੋ ਸਕੇ ਕਿ ਆਪਣੇ ਚੰਗੇ ਮਕਾਨ ਦੇ ਵਿੱਚ ਰਹਿਣ ਵਸੇਰਾ ਕਰ ਸਣ ਮੈਂ ਗੁਰਦੀਪ ਕੈਮਰਾਮੈਨ ਰਾਜਵਿੰਦਰ ਦੇ ਨਾਲ ਖਾਸ ਰਿਪੋਰਟ